ਅੱਜ ਕੱਲ੍ਹ ਦੀ ਆਧੁਨਿਕ ਦੁਨੀਆ ਵਿੱਚ ਕੋਈ ਵੀ ਪੜ੍ਹਿਆ ਲਿਖਿਆ ਇਨਸਾਨ ਆਤਮਾਵਾਂ ਭੂਤ ਪ੍ਰੇਤਾਂ 'ਤੇ ਵਿਸ਼ਵਾਸ ਨਹੀਂ ਕਰਦਾ ਜਦੋਂ ਤੱਕ ਕਿ ਉਸ ਵਿਅਕਤੀ ਨਾਲ ਇਹੋ ਜਿਹੀ ਕੋਈ ਘਟਨਾ ਨਾ ਹੋਵੇ। ਖਾਸ ਕਰ ਵਿਗਿਆਨੀ ਅਤੇ ਡਾਕਟਰ ਇਹਨਾਂ ਸਭ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਦੱਸਾਂਗੇ ਜੋ ਕਿ ਪੇਸ਼ੇ ਤੋਂ ਡਾਕਟਰ ਸੀ। ਕਰਨਵੀਰ ਸਿੰਘ ਪੰਜਾਬ ਦੇ ਮੋਗਾ ਸ਼ਹਿਰ ਦਾ ਰਹਿਣ ਵਾਲਾ ਇੱਕ ਹੋਨਹਾਰ ਡਾਕਟਰ ਸੀ ਜੋ ਕਿ ਭੂਤ ਪ੍ਰੇਤਾਂ ਵਿੱਚ ਨਾ ਮਾਤਰ ਵਿਸ਼ਵਾਸ ਰੱਖਦਾ ਸੀ। ਪਰ ਉਸਦੀ ਜ਼ਿੰਦਗੀ ਵਿੱਚ ਇੱਕ ਅਜਿਹੀ ਘਟਨਾ ਘਟਿਤ ਹੋਈ ਜਿਸ ਨੂੰ ਯਾਦ ਕਰਕੇ ਕਰਨਵੀਰ ਅੱਜ ਵੀ ਡਰ ਅਤੇ ਸਹਿਮ ਨਾਲ ਭਰ ਜਾਂਦਾ ਹੈ। ਕਰਨਵੀਰ ਦੇ ਹਿਸਾਬ ਨਾਲ 2014 ਵਿੱਚ ਉਹ ਕਿਸੇ ਓਪਰੇਸ਼ਨ ਲਈ ਹਰਿਆਣਾ ਦੇ ਇੱਕ ਹਸਪਤਾਲ ਵਿੱਚ ਗਿਆ, ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਓਪਰੇਸ਼ਨ ਵਿੱਚ ਹਜੇ ਸਮਾਂ ਹੈ ਅਤੇ ਕਾਫ਼ੀ ਰਾਤ ਵੀ ਹੋ ਚੁੱਕੀ ਸੀ। ਕਰਨਵੀਰ ਨੇ ਇਸ ਲਈ ਹਸਪਤਾਲ ਵਿੱਚ ਹੀ ਰਹਿਣ ਬਾਰੇ ਸੋਚਿਆ। ਉਹ ਥੱਕ ਚੁੱਕਿਆ ਸੀ, ਇਸ ਲਈ ਆਪਣੇ ਆਪ ਨੂੰ ਫਰੈਸ਼ ਕਰਨ ਲਈ ਉਸਨੇ ਹਸਪਤਾਲ ਦੀ ਕੰਟੀਨ ਵਿੱਚ ਕੌਫੀ ਪੀਣ ਬਾਰੇ ਸੋਚਿਆ। ਉਸਨੇ ਕੰਟੀਨ ਵਿੱਚ ਜਾ ਕੇ ਕੌਫੀ ਮਸ਼ੀਨ ਵਿੱਚੋਂ ਕੌਫੀ ਲਈ ਅਤੇ ਬੈਠ ਕੇ ਪੀਣ ਲੱਗ ਪਿਆ। ਉਸ ਸਮੇਂ ਕੰਟੀਨ ਵਿੱਚ ਕੋਈ ਵੀ ਵਿਅਕਤੀ ਨਹੀਂ ਸੀ ਅਤੇ ਉਹ ਕੰਟੀਨ ਵਿੱਚ ਇਕੱਲਾ ਹੀ ਬੈਠਾ ਹੋਇਆ ਸੀ। ਉਸਨੂੰ ਅਚਾਨਕ ਉੱਥੇ ਕਿਸੇ ਦੇ ਹੋਣ ਦਾ ਅਹਿਸਾਸ ਹੋਇਆ ਅਤੇ ਜਦੋਂ ਉਸਨੇ ਆਲੇ ਦੁਆਲੇ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਅਤੇ ਉਹ ਫਿਰ ਆਪਣੀ ਕੌਫੀ ਪੀਣ ਵਿੱਚ ਰੁੱਝ ਗਿਆ। ਅਚਾਨਕ ਉਸਦੇ ਕੰਨ ਵਿੱਚ ਕਿਸੇ ਦੀ ਆਵਾਜ਼ ਪਈ। ਉਸਨੇ ਮੁੜ ਕੇ ਦੇਖਿਆ ਤਾਂ ਫਿਰ ਵੀ ਉੱਥੇ ਕੋਈ ਨਹੀਂ ਸੀ। ਉਸਨੇ ਇਹ ਸਾਰੀ ਘਟਨਾ ਉੱਥੇ ਮੌਜੂਦ ਹਸਪਤਾਲ ਦੇ ਸਟਾਫ ਮੈਂਬਰ ਨੂੰ ਦੱਸੀ। ਸਟਾਫ ਮੈਂਬਰ ਨੂੰ ਲੱਗਾ ਕਿ ਡਾਕਟਰ ਥੱਕੇ ਹੋਏ ਹਨ, ਇਸ ਲਈ ਉਹਨਾਂ ਨੂੰ ਇੰਜ ਮਹਿਸੂਸ ਹੋ ਰਿਹਾ ਹੈ, ਹੋਰ ਕੋਈ ਗੱਲ ਨਹੀਂ ਹੈ। ਕਰਨਵੀਰ ਨੂੰ ਵੀ ਇਹ ਲੱਗਾ ਕਿ ਸ਼ਾਇਦ ਆਰਾਮ ਨਾ ਕਰਨ ਕਰਕੇ ਉਸ ਨਾਲ ਇਹੋ ਜਿਹਾ ਹੋ ਰਿਹਾ ਹੈ, ਇਸ ਲਈ ਉਸਨੇ ਹਸਪਤਾਲ ਦੇ ਇੱਕ ਕਮਰੇ ਵਿੱਚ ਜਾ ਕੇ ਆਰਾਮ ਕਰਨ ਬਾਰੇ ਸੋਚਿਆ। ਉਹ ਕਮਰੇ ਵਿੱਚ ਲੱਗੇ ਬੈੱਡ 'ਤੇ ਜਾ ਕੇ ਸੋ ਗਿਆ। ਕੁਝ ਦੇਰ ਬਾਅਦ ਹੀ ਉਸਨੂੰ ਝਾਂਜਰਾਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਸਦੀ ਜਾਗ ਖੁੱਲ੍ਹ ਗਈ। ਜਾਗ ਖੁੱਲ੍ਹਦਿਆਂ ਹੀ ਉਸਨੇ ਦੇਖਿਆ ਕਿ ਜਿਸ ਕਮਰੇ ਵਿੱਚ ਉਹ ਸੁੱਤਾ ਸੀ ਉਹ ਖੰਡਰ ਬਣ ਚੁੱਕਿਆ ਹੈ ਅਤੇ ਜਦੋਂ ਉਸਨੇ ਬਾਹਰ ਜਾ ਕੇ ਦੇਖਿਆ ਤਾਂ ਸਾਰਾ ਹਸਪਤਾਲ ਹੀ ਖੰਡਰ ਵਿੱਚ ਤਬਦੀਲ ਹੋ ਗਿਆ ਸੀ ਅਤੇ ਉਸ ਪੂਰੇ ਹਸਪਤਾਲ ਵਿੱਚ ਕੋਈ ਵੀ ਨਹੀਂ ਸੀ। ਅਚਾਨਕ ਉਸਨੂੰ ਕੁਝ ਲੋਕਾਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਸਦੀ ਜਾਨ ਵਿੱਚ ਜਾਣ ਆਈ ਕਿ ਉਹ ਇਕੱਲਾ ਨਹੀਂ ਹੈ। ਉਹ ਉਸ ਆਵਾਜ਼ ਦਾ ਪਿੱਛਾ ਕਰਦਾ ਹੋਇਆ ਇੱਕ ਕਮਰੇ ਦੇ ਕੋਲ ਪਹੁੰਚਿਆ ਜਿੱਥੇ ਕਿ 20-30 ਵਿਅਕਤੀਆਂ ਦੀ ਆਵਾਜ਼ ਆ ਰਹੀ ਸੀ। ਉਸਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲਾ ਗਿਆ। ਅੰਦਰ ਉਸਨੇ ਕੁਝ ਅਜਿਹਾ ਦੇਖਿਆ ਜਿਸ ਨੂੰ ਦੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਉੱਥੇ ਸਾਰੇ ਲੋਕਾਂ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ। ਕਰਨਵੀਰ ਦੇ ਉੱਥੇ ਜਾਂਦੇ ਹੀ ਉਹ ਸਾਰੇ ਲੋਕ ਸ਼ਾਂਤ ਹੋ ਗਏ। ਉਹ ਸਾਰੇ ਅਜੀਬ ਤਰੀਕੇ ਨਾਲ ਕਰਨਵੀਰ ਵੱਲ ਦੇਖ ਕੇ ਹੱਸਣ ਲੱਗ ਪਏ। ਕਰਨਵੀਰ ਉੱਥੋਂ ਭੱਜਣ ਲਈ ਦਰਵਾਜ਼ੇ ਵੱਲ ਵਧਿਆ, ਪਰ ਦਰਵਾਜ਼ਾ ਆਪਣੇ ਆਪ ਬੰਦ ਹੋ ਗਿਆ। ਜਦੋਂ ਉਸਨੇ ਮੁੜ ਕੇ ਦੇਖਿਆ ਤਾਂ ਉਹ ਸਾਰੇ ਲੋਕ ਉਸਦੇ ਕਾਫ਼ੀ ਕਰੀਬ ਸਨ। ਕਰਨਵੀਰ ਨੇ ਜ਼ੋਰ ਜ਼ੋਰ ਨਾਲ ਦਰਵਾਜ਼ਾ ਖੜਕਾਇਆ ਅਤੇ ਬਚਾਉਣ ਦੀ ਗੁਹਾਰ ਲਗਾਉਣ ਲੱਗ ਪਿਆ। ਅਚਾਨਕ ਦਰਵਾਜ਼ਾ ਖੁੱਲ੍ਹਿਆ ਅਤੇ ਸਾਹਮਣੇ ਇੱਕ ਬਜ਼ੁਰਗ ਵਿਅਕਤੀ ਖੜ੍ਹਾ ਸੀ। ਕਰਨਵੀਰ ਉਸ ਬਜ਼ੁਰਗ ਦੇ ਪੈਰਾਂ ਵਿੱਚ ਜਾ ਡਿੱਗ ਗਿਆ ਅਤੇ ਕਹਿਣ ਲੱਗ ਪਿਆ ਕਿ ਮੈਨੂੰ ਬਚਾ ਲਓ, ਉਹ ਮੈਨੂੰ ਮਾਰ ਦੇਣਗੇ। ਬਜ਼ੁਰਗ ਨੇ ਕਿਹਾ, ਇੱਥੇ ਤਾਂ ਕੋਈ ਨਹੀਂ ਹੈ। ਕਰਨਵੀਰ ਨੇ ਉੱਠ ਕੇ ਦੇਖਿਆ ਤਾਂ ਸਾਰਾ ਹਸਪਤਾਲ ਪਹਿਲਾਂ ਵਾਂਗ ਹੋ ਚੁੱਕਿਆ ਸੀ। ਉਸਨੇ ਸਾਰੀ ਗੱਲ ਉਸ ਬਜ਼ੁਰਗ ਨੂੰ ਦੱਸੀ। ਬਜ਼ੁਰਗ ਨੇ ਉਸਦੀ ਸਾਰੀ ਗੱਲ ਕਾਫ਼ੀ ਧਿਆਨ ਨਾਲ ਸੁਣੀ ਅਤੇ ਦੱਸਿਆ ਕਿ ਇਸ ਹਸਪਤਾਲ ਵਾਲੀ ਥਾਂ 'ਤੇ ਬਹੁਤ ਸਮਾਂ ਪਹਿਲਾਂ ਇੱਕ ਕਬਰਸਤਾਨ ਹੁੰਦਾ ਸੀ ਜਿਸ ਨੂੰ ਕਿ ਢਾਹ ਕੇ ਇੱਥੇ ਹਸਪਤਾਲ ਬਣਾਇਆ ਗਿਆ, ਜਿਸ ਤੋਂ ਬਾਅਦ ਇੱਥੇ ਅਜਿਹੀਆਂ ਕਈ ਘਟਨਾਵਾਂ ਦੇਖਣ ਅਤੇ ਸੁਣਨ ਨੂੰ ਮਿਲੀਆਂ। ਇਸ ਘਟਨਾ ਤੋਂ ਬਾਅਦ ਕਰਨਵੀਰ ਨੇ ਵੀ ਆਤਮਾਵਾਂ ਅਤੇ ਭੂਤ ਪ੍ਰੇਤਾਂ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ। ਆਖਿਰ ਕਰਨਵੀਰ ਨਾਲ ਅਸਲ ਵਿੱਚ ਕੀ ਹੋਇਆ ਸੀ? ਕੀ ਇਹ ਸਭ ਉਸਦੀ ਬੇਆਰਾਮੀ ਕਰਕੇ ਹੋਇਆ ਸੀ ਜਾਂ ਫਿਰ ਉਹ ਹਸਪਤਾਲ ਅਸਲ ਵਿੱਚ ਭੂਤੀਆ ਸੀ?